ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ। ਮੈਂ ਹਾਂ ਰਿਤਿਕ ਲੁਥਰਾ। ਅੱਜ ਅੰਮ੍ਰਿਤਸਰ ਸੀਪੀ ਸਾਹਿਬ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ, ਸਕੂਲ ਦੇ ਬੱਚਿਆਂ ਨੂੰ ਬੁਲਾ ਕੇ ਇੱਕ ਨਸ਼ੇ ਵਿਰੁੱਧ ਜਿਹੜਾ ਮੈਸੇਜ ਦਿੱਤਾ ਗਿਆ ਕਿ ਜਿਹੜਾ ਨਸ਼ਾ ਲੋਕ ਕਰਦੇ ਨੇ ਤੇ ਘਰ ਘਰ ਦੇ ਵਿੱਚ ਜਿਹੜਾ ਨਸ਼ਾ ਚੱਲ ਰਿਹਾ ਹੈ, ਇੱਕ ਮੁਹਿੰਮ ਚਲਾਈ ਗਈ ਸੀਪੀ ਸਾਹਿਬ ਵੱਲੋਂ ਕਿ ਘਰ ਘਰ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ, ਘਰ ਘਰ ਦੇ ਵਿੱਚ ਨਸ਼ੇ ਦੇ ਵਿਰੁੱਧ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਮੈਸੇਜ ਪਹੁੰਚਾਇਆ ਜਾਵੇ। ਗੱਲਬਾਤ ਕਰਦੇ ਹਾਂ ਸੀਪੀ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਗਿਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਅੱਜ ਤੁਹਾਡੇ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਗਿਆ ਕਿ ਲੋਕ ਘਰ ਘਰ ਦੇ ਵਿੱਚ ਮੈਸੇਜ ਪਹੁੰਚੇ ਕਿ ਨਸ਼ਾ ਖਤਮ ਹੋਵੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਡੀ ਮਾਨਯੋਗ ਸਾਡੇ CM ਸਾਹਿਬ ਦੇ ਡਾਇਰੈਕਸ਼ਨਸ ਨੇ ਕਿ ਨਸ਼ਾ ਮੁਕਤ ਕਰਨਾ ਸੀ ਸਟੇਟ ਨੂੰ, ਉਹਦੇ ਸੰਬੰਧ ਦੇ ਵਿੱਚ ਹੀ ਇਹ ਕਦਮ ਸੀਗਾ। ਮੈਂ ਅਕਸਰ ਦੇਖਦਾ ਕਿ ਜਦੋਂ ਵੀ ਅਵੇਅਰਨੈਸ ਦਾ ਪ੍ਰੋਗਰਾਮ ਹੁੰਦਾ, ਇੱਕ ਤਾਂ ਬੋਰਿੰਗ ਹੋ ਜਾਂਦਾ ਹੈ, ਲੋਕਾਂ ਦੀ ਇੰਟਰੈਕਟਿਵ ਪਾਰਟ ਨਹੀਂ ਹੁੰਦਾ। ਸੋ ਉਸੇ ਦੇਖ ਕੇ ਅਸੀਂ ਸਾਰੀਆਂ ਚੀਜ਼ਾਂ ਇੱਦਾਂ ਕੀਤੀਆਂ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਇੰਟਰੈਕਟ ਵੀ ਕਰਨ, ਉਹਨਾਂ ਦੇ ਉਹ ਕਨੈਕਟਡ ਰਹਿਣ ਇਸ ਪ੍ਰੋਗਰਾਮ ਨਾਲ। ਔਰ ਜਿਹੜਾ ਇਹਦੀ ਕੰਟੀਨਿਊਟੀ ਨੂੰ ਲਗਾਤਾਰਤਾ ਨੂੰ ਦੇਖਦੇ ਹੋਏ ਅਸੀਂ ਫਲੈਗਸ ਅਤੇ ਜਿਹੜੇ ਸਟਿੱਕਰਸ ਅੱਜ ਲਾਂਚ ਕੀਤੇ ਆ, ਉਹਦੇ ਨਾਲ ਜਦੋਂ ਘਰਾਂ ਦੇ ਉੱਤੇ ਜਾ ਕੇ ਬੱਚੇ ਸੇ ਨੋ ਟੂ ਡਰੱਗਸ ਦਾ ਫਲੈਗ ਲਾਉਣਗੇ, ਤਾਂ ਨੈਚੁਰਲੀ ਜਦੋਂ ਵੀ ਕੋਈ ਬੰਦਾ ਦੇਖਦਾ, ਆਂਢ ਗੁਆਂਢ 'ਚ ਵੀ ਦੇਖਦਾ, ਉਹਦਾ ਇੱਕ ਇੰਪੈਕਟ ਆਉਂਦਾ, ਵਿਜੀਬਲ ਮਾਈਂਡ 'ਤੇ ਇਫੈਕਟ ਰਹਿੰਦਾ। ਔਰ ਇਸੇ ਤਰ੍ਹਾਂ ਕਾਰਾਂ ਦੇ ਉੱਤੇ ਜਾਂ ਆਪਣੇ ਟੂ ਵੀਲਰ ਦੇ ਉੱਤੇ ਜਾਂ ਪਬਲਿਕ ਟਰਾਂਸਪੋਰਟ 'ਤੇ ਜਦੋਂ ਸਟਿੱਕਰ ਲੱਗਣਗੇ, ਉਹਦਾ ਸਾਡਾ ਇੱਕ ਵਾਤਾਵਰਨ ਬਣੇਗਾ, ਇੱਕ ਲਹਿਰ ਬਣੇਗੀ, ਮੂਵਮੈਂਟ ਬਣੇਗੀ ਕਿ ਅਸੀਂ ਡਰੱਗਸ ਦੇ ਖਿਲਾਫ਼ ਕਿਸ ਤਰ੍ਹਾਂ ਕੰਮ ਕਰ। ਸਰ, ਜਿੱਦਾਂ ਕਿ ਪੰਜਾਬ 'ਤੇ ਹੁਣ ਨਸ਼ਿਆਂ ਦਾ ਗੜ੍ਹ ਕਿਹਾ ਜਾਂਦਾ ਹੈ, ਅਤੇ ਅੰਮ੍ਰਿਤਸਰ ਦੇ ਵਿੱਚ ਕਾਫ਼ੀ ਕੇਸ ਹੁੰਦੇ ਨੇ ਇੱਦਾਂ ਦੇ, ਜੇ ਆਪਾਂ ਇਲਾਕਿਆਂ ਦੀ ਗੱਲ ਕਰ ਲਈਏ, ਕਾਫ਼ੀ ਇੱਦਾਂ ਦੇ ਇਲਾਕੇ ਨੇ, ਅਤੇ ਉਹਨਾਂ 'ਤੇ ਉਹ ਇਲਾਕਿਆਂ 'ਤੇ ਕਿੰਨੀ ਜਲਦੀ ਤੁਹਾਡੇ ਵੱਲੋਂ ਰੇਡ ਕੀਤੀ ਜਾਏਗੀ, ਅਤੇ ਜਿਹੜੇ ਨਸ਼ਾ ਲੋਕ ਵੇਚਦੇ ਨੇ ਜਾਂ ਕਰਾਉਂਦੇ ਨੇ ਉਹਨਾਂ 'ਤੇ ਕਿੰਨੀ ਛੇਤੀ ਸ਼ਿਕੰਜਾ ਪਾਇਆ ਜਾਏਗਾ? ਦੇਖੋ, ਤੁਸੀਂ ਜੇ ਪਿਛਲੇ 20-22 ਦਿਨ ਦੀ ਫਿਗਰ ਦੇਖੋ, 11 ਕਿਲੋ ਦੇ ਕਰੀਬ ਤਾਂ ਹੀਰੋਇਨ ਔਰ ਸਿੰਥੈਟਿਕ ਡਰੱਗਸ ਕਮਰਸ਼ਲ ਕੁਆਂਟਿਟੀ ਦੇ ਬੜੇ ਕੇਸ ਹੋਏ ਨੇ, ਔਰ ਇਹ ਜਿਹੜੀ ਸਪਲਾਈ ਚੇਨ ਅਸੀਂ ਤੋੜਾਂਗੇ, ਬ੍ਰੇਕ ਕਰਾਂਗੇ ਔਰ ਸਮੈਸ਼ ਕਰ ਰਹੇ ਸਾਰਾ ਨੈਟਵਰਕ। ਇਹ ਨਹੀਂ ਵੀ ਉੱਥੇ ਫੜ ਕੇ ਅਸੀਂ ਖਤਮ ਕਰਤਾ, ਪਿੱਛੇ ਜਾ ਰਹੇ ਹਾਂ ਕਿ ਕਿਹੜਾ ਕਿਹੜਾ ਬੰਦਾ ਇਹਨਾਂ 'ਚ ਜਿਹੜਾ ਨੈਟਵਰਕ ਦੇ ਵਿੱਚ ਇਨਵੋਲਵ ਹੈ, ਸਭ ਨੂੰ ਸਮੈਸ਼ ਕੀਤਾ ਜਾ ਰਿਹਾ। ਇਹ ਸਾਡੀ ਮੁਹਿੰਮ ਚੱਲਦੀ ਰਹੇਗੀ। ਪੈਡਲਰਸ ਦੇ ਖਿਲਾਫ ਜਿਹੜੇ ਵੇਚਦੇ ਆ, ਉਹਨਾਂ ਦੇ ਖਿਲਾਫ ਸਪੈਸ਼ਲ ਮੁਹਿੰਮ ਚੱਲ ਰਹੀ ਹੈ। ਹਰੇਕ ਥਾਣੇ ਦੀ ਪਰਫੋਰਮੈਂਸ ਇਸ ਗੱਲ 'ਤੇ ਬੇਸ 'ਤੇ ਅਸੀਂ ਉਹਨੂੰ ਐਜੂਕੇਟ ਕਰ ਰਹੇ ਹਾਂ ਕਿ ਕੀ ਕਰਦੇ ਆ, ਕਿਸ ਤਰ੍ਹਾਂ ਉਹਨਾਂ ਦੇ ਏਰੀਆ 'ਚੋਂ ਜਿਹੜੀ ਪਰਸੈਪਸ਼ਨ ਹੈ ਅਤੇ ਜਿਹੜੀ ਫੀਡਬੈਕ ਉਹ ਠੀਕ ਆ। ਅੱਜ ਸਕੂਲ ਦੇ ਬੱਚਿਆਂ ਨੂੰ ਬੁਲਾਇਆ ਗਿਆ ਅਤੇ ਇੱਕ ਨਾਟਕ ਵੀ ਦਿਖਾਇਆ ਗਿਆ ਅਤੇ ਪੰਜਾਬੀ ਕਲਾਕਾਰ ਵੀ ਪਹੁੰਚੇ ਸੀ, ਅਤੇ ਬੱਚਿਆਂ ਨੂੰ ਲੱਗਦਾ ਹੈ ਕਿ ਮੈਸੇਜ ਪਹੁੰਚੇਗਾ ਅੱਜ ਤੁਸੀਂ ਇੰਨੀ ਵੱਡਾ ਇਕੱਠ ਕੀਤਾ, ਇੰਨਾ ਵੱਡਾ ਪ੍ਰੋਗਰਾਮ ਕੀਤਾ ਅੰਮ੍ਰਿਤਸਰ ਦੇ ਵਿੱਚ ਆ ਕੇ, ਅਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਮੈਂ ਬੱਚਿਆਂ ਨੂੰ, ਇੱਕ ਤਾਂ ਉਹਨਾਂ ਦੇ ਚਿਹਰੇ ਪੜ੍ਹ ਰਿਹਾ ਸੀਗਾ, ਉਹ ਇਨਵੋਲਵ ਸੀਗੇ, ਇੰਟਰੈਕਟ ਕਰ ਰਹੇ ਸੀ, ਔਰ ਜਾਂਦੇ ਹੋਏ ਜਦੋਂ ਹੁਣ ਬੱਚੇ ਅੰਦਰ ਸਾਰਾ ਉਹਨਾਂ ਨੂੰ ਅੱਜ ਫ੍ਰੀ ਰਾਊਂਡ ਵੀ ਕਰਵਾ ਕੇ ਦਿੱਤਾ ਸੀ, ਤਾਂ ਮੈਂ ਉਹਨਾਂ ਨੂੰ ਕਾਫੀ ਬੱਚਿਆਂ ਨੂੰ ਪੁੱਛਿਆ ਇਹ ਗੱਲ ਦਾ, ਉਹਨਾਂ 'ਚ ਬੜਾ ਜੋਸ਼ ਸੀਗਾ ਔਰ ਉਹ ਕਹਿੰਦੇ ਸੀ ਵੀ ਅਸੀਂ ਇਹ ਜਾ ਕੇ ਮੈਸੇਜ ਆਪਣੇ ਘਰਾਂ 'ਚ ਲੈ ਕੇ ਜਾਵਾਂਗੇ ਔਰ ਇਹਨੂੰ ਸਪਰੈਡ ਕਰਾਂਗੇ। ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਪੋਜ਼ਿਟਿਵਲੀ ਲਿਆ। ਅਤੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ, ਤਾਂ ਹੁਣ ਚੇਂਜ ਹੁੰਦਾ ਜਾ ਰਿਹਾ, ਜਿੱਦਾਂ ਲੋਕ ਚੇਂਜ ਹੋ ਰਹੇ ਨੇ ਉੱਦਾਂ ਹੁਣ ਪੁਲਿਸ ਪ੍ਰਸ਼ਾਸਨ ਵੀ ਇਸ ਚੀਜ਼ ਵੱਲ ਤੁਰ ਪਿਆ ਕਿ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਛੱਡ ਸਕਦਾ, ਇੱਕ ਵਾਰੀ ਸਾਨੂੰ ਆ ਕੇ ਦੱਸੇ ਆਪਾਂ ਉਹਨੂੰ ਨਸ਼ਾ ਛਡਾਊ ਕੇਂਦਰ ਵੀ ਭੇਜਾਂਗੇ। ਅਤੇ ਇੱਦਾਂ ਦੀ ਜਿਹੜੀ ਮੁਹਿੰਮ ਹੈ, ਲੱਗਦਾ ਨਹੀਂ ਹਰ ਕੋਈ ਸੰਸਥਾ ਨੂੰ, ਹਰ ਕੋਈ ਕਹਿੰਦੇ ਨੇ ਪਹਿਲ ਕਰਨੀ ਚਾਹੀਦੀ? ਦੇਖੋ, ਬਿਲਕੁਲ ਇਹਦੇ 'ਚ ਆਪਾਂ ਨੂੰ ਕੋਈ ਸ਼ਰਮਾਉਣ ਵਾਲੀ ਗੱਲ ਨਹੀਂ। ਦੇਖੋ, ਜੇ ਇੱਕ ਬਿਮਾਰੀ ਹੈ, ਜੇ ਆਪਾਂ ਸ਼ਰਮਾਉਂਦੇ ਰਹਾਂਗੇ, ਡਾਕਟਰ ਕੋਲ ਬਿਮਾਰੀ ਵਾਸਤੇ ਵੀ ਤਾਂ ਜਾਂਦੇ ਹੀ ਹਾਂ, ਇਹਨੂੰ ਵੀ ਨਸ਼ੇ ਨੂੰ ਇੱਕ ਬਿਮਾਰੀ ਸਮਝੀਏ, ਆਪਾਂ ਆਪਣੇ ਡਾਕਟਰ ਕੋਲ ਜਾ ਕੇ ਖੁੱਲ੍ਹੇ ਦਿਲ ਨਾਲ ਗੱਲ ਦੱਸੀਏ, ਪੁਲਿਸ ਨੂੰ ਦੱਸੋ। ਸਾਡੇ ਗਵਰਨਮੈਂਟ ਵੱਲੋਂ ਬਹੁਤ ਸਾਰੇ ਰੀਹੈਬ ਸੈਂਟਰ ਨੇ, ਡੀ ਐਡਿਕਸ਼ਨ ਸੈਂਟਰ ਨੇ, ਉਹਨਾਂ ਨੂੰ ਆਪਾਂ ਯੂਜ਼ ਕਰੀਏ ਔਰ ਉਹਦਾ ਫਾਇਦਾ ਲੈ ਕੇ ਅਸੀਂ ਨੋਰਮਲ ਜ਼ਿੰਦਗੀ ਦੇ ਵਿੱਚ ਵਾਪਸ ਆਈਏ। ਅਤੇ ਪੰਜਾਬੀ ਕਲਾਕਾਰ ਜਿੱਦਾਂ ਇੱਥੇ ਪਹੁੰਚਦੇ ਨੇ, ਅਤੇ ਉਹਨਾਂ ਵੱਲੋਂ ਜਿਹੜੇ ਮੈਸੇਜ ਦਿੰਦੇ, ਲੋਕ ਲੱਗਦਾ ਫੋਲੋ ਕਰਦੇ ਨੇ ਇਸ ਚੀਜ਼ ਨੂੰ?
ਦੇਖੋ ਮੈਨੂੰ ਇਹ ਲੱਗਦਾ ਤਾਂ ਹੀ ਗੁਰਨਾਮ ਭੁੱਲਰ ਜੀ ਨੂੰ ਅਸੀਂ ਰਿਕੁਐਸਟ ਕੀਤੀ, ਉਹ ਸਪੈਸ਼ਲ ਆਪਣਾ ਸ਼ਡਿਊਲ ਤੋੜ ਕੇ ਵਿਚਾਰੇ ਆਏ, ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ। ਪਰ ਮੈਂ ਦੇਖ ਰਿਹਾ ਸੀ ਕਿ ਜਦੋਂ ਉਹ ਗੱਲਬਾਤ ਕਰ ਰਹੇ ਆ ਜਾਂ ਬੱਚਿਆਂ ਨੂੰ ਮੈਸੇਜ ਦੇ ਰਹੇ, ਉਹਦੀ ਕਨੈਕਟੀਵਿਟੀ ਬੱਚਿਆਂ ਦੀ ਬੈਟਰ ਹੋ ਜਾਂਦੀ ਹੈ, ਕਿਉਂਕਿ ਉਹ ਫੋਲੋ ਕਰਦੇ ਨੇ, ਇਨਫਲੂਐਂਸਰ ਨੇ ਬੰਦੇ ਮਿਊਜ਼ਿਕ ਦੇ ਜਾਂ ਐਕਟਿੰਗ ਦੇ ਫੀਲਡ ਦੇ। ਸੋ ਉਹਨਾਂ ਦੀ ਸਾਰਿਆਂ ਨੂੰ ਦੇਖੋ, ਹਰੇਕ ਬੰਦਾ ਕੰਟਰੀਬਿਊਟ ਕਰੇਗਾ ਤਾਂ ਹੀ ਸਮਾਜ ਜਿਹੜਾ ਨਸ਼ਾ ਮੁਕਤ ਹੋਏਗਾ। ਧੰਨਵਾਦ। ਸਾਡੇ ਨਾਲ ਸੀਪੀ ਸਾਹਿਬ ਮਨਜੋਤ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਨਸ਼ੇ ਵਿਰੁੱਧ, ਇਹ ਸਾਡਾ ਤਾਂ ਇੱਕੋ ਹੀ ਮੈਸੇਜ ਹੈ ਕਿ ਘਰ ਘਰ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕੀਤਾ ਜਾਵੇ, ਅਤੇ ਅੰਮ੍ਰਿਤਸਰ ਵਾਸੀਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਨੇ ਕਿ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਨਸ਼ਾ ਛਡਾਊ ਕੇਂਦਰ ਵੀ ਪਹੁੰਚਾਇਆ ਜਾਏਗਾ, ਪਰ ਬਸ ਪੰਜਾਬ ਪੁਲਿਸ ਨੂੰ ਇੱਕ ਮੈਸੇਜ ਪਹੁੰਚਾਇਆ ਜਾਵੇ। ਅੰਮ੍ਰਿਤਸਰ ਤੋਂ ਖਬਰ ਰਿਪਲ ਇੰਡੀਆ ਲਈ ਰਿਤਿਕ ਲੋਥਰਾ।